मैं थोड़ा हरजाब तो हरेक मंडे 7 बजे तुसी तो मैं आपस में गल्ला करांगे साड़ी कम्यूनिटी दियां साड़े बच्चों दियां साड़े बाहर रहिंदे NRI-आं दियां साड़े देश दियां तो जो अजकल दे इशू हैगे सानू अफेक्ट करदे उन्हां दियां। So let's talk with Harjab. एक बार फिर थोड़ा स्वागत है जी आयन शो च। गल साडी हो रही है लाभ जंजुआ जी ना जो कि इस वेले बॉलीवुड के चमकते सितारे आ साडे पंजाब तो थानू आप ही देखो। मैं एक चीज़ तो बड़ी दात दिना कोई भी जो सिंगर आता बहुत घट अपनी सिंचाई दसते हैं जी कि मैं असी फ्लोर से भी सुते हैं असी बेघर भी रहे हैं घरों भजे भी हाँ। बट अज लाभ जी थोड़ी गल्ला सुन के मजा जी आ गया मैं अपने दिन पूरे जिदा स्ट्रगल दे है चेते आ गए मैं भी फ्लोरा ते सुता घरों चलो तो मैं नहीं भजया पर तुसी ते एक स्टेप ज्यादा ही बट तुसी बिल्कुल जिदा दात देनी पैनी तुसी बड़ी फ्रेंकली गल कर रहे हैं नहीं तो लोग तो आके कहते जी नहीं जी असी तो भी कितों जम्मे ही स्टार सके। ਭਾਜੀ ਇਹ ਇੱਕ ਗੱਲ ਜੁੜਦੀ ਹੈ ਜਿੱਦਾਂ ਵਿਦੇਸ਼ਾਂ ਨਾਲ ਜੁੜਦੀ ਹੈ। ਅਸੀਂ ਪਹਿਲਾਂ ਪਹਿਲਾਂ ਦੇਖਦੇ ਸੀ ਕੋਈ ਇੰਗਲੈਂਡ ਰਹਿੰਦਾ ਕੋਈ ਕੈਨੇਡਾ ਰਹਿੰਦਾ ਕੋਈ ਅਮਰੀਕਾ ਰਹਿੰਦਾ ਇੱਥੇ ਆ ਕੇ ਹੀ ਪਤਾ ਲੱਗਦਾ ਇਹਨਾਂ ਗੱਲਾਂ ਦਾ। ਹੁਣ ਜਿੱਦਾਂ ਇੱਥੇ ਝਾੜੂ ਮਾਰਦੇ ਹੁੰਦੇ ਸੀ ਉਹਨਾਂ ਨੇ ਸੈਂਟ ਸੁੰਟ ਲਾ ਕੇ ਟੋਪੀਆਂ ਟਾਪੀਆਂ ਲਾ ਕੇ ਜਾਂ ਪਹੁੰਚਣਾ ਪਿੰਡ ਹੁਣ ਲੋਕਾਂ ਨੇ ਤਾਂ ਦੇਖਣਾ ਵੀ ਬੰਦਾ ਬਾਹਰੋਂ ਆਇਆ। ਇਸੇ ਤਰ੍ਹਾਂ ਮੈਂ ਕਹੂੰਗਾ ਆਪਣੀ ਹਕੀਕਤ ਨੂੰ ਜਿਹੜਾ ਛਪਾਉਣਾ ਨਹੀਂ ਚਾਹੀਦਾ ਕਿਉਂਕਿ ਉਹ ਸਾਡੇ ਨਾਲ ਅਸੀਂ ਆਪਣੀ ਹੰਡਾਈ ਹੋਈ ਆ। ਬਿਲਕੁਲ ਹੁਣ ਮੈਨੂੰ ਯਾਦ ਆ ਵੀ ਮੈਂ ਜਦੋਂ ਲੁਧਿਆਣੇ ਉਸਤਾਦ ਜੀ ਕੋਲੇ ਸਿੱਖਦਾ ਸੀ ਭੌਂਰਾ ਸਾਹਿਬ ਕੋਲ ਜਾਂ ਉੱਥੇ ਮੈਂ ਲੁਧਿਆਣੇ ਰਹਿੰਦਾ ਸੀਗਾ ਉਸ ਟਾਈਮ ਬਹੁਤ ਘੱਟ ਵੈਲੀ ਸੀ ਜਿੱਦਾਂ ਮੈਂ ਸਟੇਜ 'ਤੇ ਜੇ ਕਿਸੇ ਦੇ ਨਾਲ ਸਾਈਡ 'ਤੇ ਜਾਂਦਾ ਸੀ ਕਿਸੇ ਨੇ ਗਾਉਣ ਲਈ ਤਾਂ 100-200 ਰੁਪਈਆ ਮਿਲਦਾ ਸੀ ਬਸ ਗਾਉਣ ਦਾ ਨਾ ਇੰਨਾ ਹੀ। ਉਹ ਵੀ ਮੈਨੂੰ ਸ਼ੌਕ ਸੀ ਇੱਕ ਬਹੁਤ ਜ਼ਿਆਦਾ ਕੀ ਹੁੰਦਾ 100-200 ਰੁਪਏ ਉਹ ਮੈਨੂੰ ਇੱਕ ਸ਼ੌਕ ਸੀ ਸੈਕਟਾ ਹੀ ਪੀ ਜਾਂਦਾ ਬੰਦਾ ਫਿਲਮਾਂ ਦੇਖਣ ਦਾ ਸ਼ੌਕ ਸੀ ਫਿਲਮਾਂ ਉਹ ਫਿਲਮਾਂ ਦੇਖਣ ਦਾ ਹਿੰਦੀ ਫਿਲਮਾਂ ਬਹੁਤ ਦੇਖੀਆਂ ਤੁਸੀਂ ਹਿੰਦੀ ਬਹੁਤ ਦੇਖੀਆਂ ਜੀ ਪੰਜਾਬੀ ਬਹੁਤ ਦੇਖੀਆਂ ਹਾਂਜੀ ਮੈਂ ਪੰਜਾਬੀ ਫਿਲਮਾਂ ਜਿੱਦਾਂ ਅਸੀਂ ਦੇਖਦੇ ਹੁੰਦੇ ਸੀ ਵੀ ਜੇ ਕਿਤੇ ਮੇਹਰ ਮਿੱਤਲ ਜੀ ਦਾ ਨਾਮ ਲਿਖਿਆ ਹੈ ਪੋਸਟਰ ਤੇ ਸਮਝ ਲਓ ਓਕੇ ਹੈ ਬਰਜਿੰਦਰ ਹਾਂ ਮੈਂ ਬਹੁਤ ਮੈਂ ਵੀ ਬਹੁਤ ਬੜਾ ਫੈਨ ਹਾਂ ਮੇਹਰ ਮਿੱਤਲ ਵੈਰੀ ਗੁੱਡ ਫਿਰ ਤਾਂ ਤੇ ਮੇਹਰ ਮਿੱਤਲ ਦੋ ਹੋ ਗਏ ਤੇ ਫਿਰ ਤੁਸੀਂ ਉਸ ਚੀਜ਼ ਦਾ ਦੇਖ ਕੇ ਇਨਸਪਾਇਰ ਵੀ ਹੁੰਦੇ ਸੀ ਜਾਂ ਤੁਸੀਂ ਸੋਚਿਆ ਯਾਰ ਮੈਂ ਵੀ ਹੁਣ ਥੋੜਿਆ ਫਿਲਮਾਂ ਚ ਆਵਾਂ ਸੁਣਿਆ ਤੁਸੀਂ ਅੱਜ ਕੱਲ ਫਿਲਮਾਂ ਚ ਵੀ ਆ ਰਹੇ ਹੋ ਹਾਂਜੀ ਬਿਲਕੁਲ ਮੈਂ ਇੱਕ ਹੁਣੇ ਅਸੀਂ ਇੱਕ ਪੰਜਾਬੀ ਫਿਲਮ ਕੀਤੀ ਹੈ ਭੁੱਟੋ ਕਰੇ ਕਵੱਲੀਆਂ ਅੱਛਾ ਉਹਦੇ ਵਿੱਚ ਮੈਂ ਹੀਰੋ ਹਾਂ ਅੱਛਾ ਜੀ ਸੋ ਮੇਹਰ ਮਿੱਤਲ ਦਾ ਹੀ ਸਟਾਈਲ ਉਹ ਮੈਂ ਅਪਣਾਇਆ ਲਗਭਗ ਸੋ ਉਸ ਤੋਂ ਬਾਅਦ ਇੱਕ ਸਾਡੀ ਫਿਲਮ ਤੁਸੀਂ ਦੇਖੀ ਹੋਣੀ ਕਾਮੇਡੀ ਦੇ ਵਿੱਚ ਆ ਰਹੀ ਹੈ ਕੁੜੀ ਭਾਰਤੀ ਅੱਛਾ ਹਾਂ 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 ਬਿਲਕੁਲ ਹਾਂ ਉਹ ਮੇਰੀ ਵਾਈਫ ਦਾ ਰੋਲ ਨਹੀਂ ਕੀਤਾ ਹੈ ਅੱਛਾ ਔਰ ਉਹ ਫਿਲਮ ਸਾਡੀ ਇੱਕ ਆ ਰਹੀ ਹੈ ਤੇਰਾ ਬੈਂਡ ਵਜੇਗਾ ਪੱਕਾ ਵਾਹ ਉਹਦੇ ਵਿੱਚ ਇੱਕ ਮੇਰੇ ਨਾਲ ਜਸਲੀਨ ਜਿਹੜੀ ਕੁੜੀ ਆ ਉਹ ਹੀਰੋਇਨ ਹੈ ਕੇਸਰ ਮਠਾੜੂ ਜੀ ਦੀ ਇਹ ਫਿਲਮ ਬਣ ਰਹੀ ਹੈ ਬਹੁਤ ਵੱਡੀ 25% ਇਹਦਾ ਅਸੀਂ ਸ਼ੂਟ ਕਰ ਚੁੱਕੇ ਹਾਂ ਠੀਕ ਹੈ ਜੀ ਸੋ ਉਹ ਮੈਂ ਇੱਕ ਲਾਈਨ ਤੁਹਾਨੂੰ ਸੁਣਾਉਂਗਾ ਉਸ ਗਾਣੇ ਦੀ ਬਹੁਤ ਅੱਛਾ ਗੀਤ ਹੈ ਠੀਕ ਹੈ ਜੀ या तो कभी कोई शादी न करना पड़ेगा नहीं फिर बीवी से डरना या तो कभी कोई शादी न करना पड़ेगा नहीं फिर बीवी से डरना तेरे घर में सदा रहेगा तू 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 धड़का बजेगा पक्का रे तेरा बैंड बजेगा पक्का तेरा बैंड बजेगा पक्का रे तेरा बैंड बजेगा पौ पौ सो ही बैंड बजेगा पक्का आ रही है फिल्म हिंदी। उस तो बाद मैं एक मूवी बना रहा साढ़े बब्बी बैनीवाल जी बना रहे ने तस्कर। अच्छा तस्कर दे विच मेरा मेन विलन दा हैगा रोल है और ओदे विच मेरा लिया ओ पंजाबी विलन बड़े मशहूर होए आ ओदे विच जिहड़ा है मेरा नाम भी यही रखे जंजुआ हाँ। उसी पिछे एक बैकग्राउंड रिकॉर्ड किया भी जदों भी मैं पर्दे ते आउणा तां पिछों आवाज आउणी है जद जद मेरी एंट्री होणी है तां जंजुआ 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 एदां नाल ट्यों ट्यों म्यूजिक एदां ना। सो क्योंकि मैं याद आ जिदा फिल्मों के मेहर मित्तल जी की गल चली सी उन्हों का स्टाइल सीगा अपना एक बखरा जिदा उन्हों बहुत ही वधिया स्टाइल सी जिदा ਤੁਸੀਂ ਦੇਖਿਆ ਹੋਣਾ ਵੀ ਤੁਸੀਂ ਮੇਰੇ ਮਿੱਤਲ ਨੂੰ ਇੰਨਾ ਲਾਈਕ ਕਰਦੇ ਹੋ ਉਹਨਾਂ ਦਾ ਜਦੋਂ ਵੀ ਉਹਨਾਂ ਨੇ ਕੋਈ ਡਾਇਲੋਗ ਬੋਲਣਾ ਪਰਦੇ ਤੇ ਪਹਿਲਾ ਡਾਇਲੋਗ ਤਾਂ ਉਹਨਾਂ ਦਾ ਪਰਦੇ ਤੇ ਕਿਸੇ ਨੇ ਸੁਣਿਆ ਹੀ ਨਹੀਂ ਕਦੇ ਅੱਜ ਤੱਕ ਕਿਉਂਕਿ ਪਹਿਲਾਂ ਦੇਖ ਕੇ ਰੌਲਾ ਪਾਉਂਦੇ ਉਹਨਾਂ ਦਾ ਡਾਇਲੋਗ ਇੱਕ ਇੱਦਾਂ ਹੀ ਰਹਿ ਜਾਂਦਾ ਸੀ ਪਰ ਉਹਨਾਂ ਦਾ ਸਟਾਈਲ ਸੀਗਾ ਇੱਦਾਂ ਦਾ ਬਹੁਤ ਪਿਆਰਾ ਮੈਨੂੰ ਵੀ ਉਹਨਾਂ ਦੀ ਆਵਾਜ਼ ਥੋੜ੍ਹੀ ਜਿਹੀ ਬੋਲਣ ਦੀ ਆਦਤ ਹੈ ਉਹ ਜਿੱਦਾਂ ਬੋਲਦੇ ਸੀਗੇ ਓਏ ਹੋਏ ਹੈ ਕਿ ਨਾ ਚੱਕ ਤੇ ਬਟੇ ਹਰਜਾਬ ਸੇ ਆ ਚੱਲ ਹੋ ਜਾ ਮਾੜੇ ਰੁਣਾ ਦੇ ਤੋਤੇ ਪਾ ਦੇ ਮੁੱਛ ਕੋਈ ਗੱਲ ਨਹੀਂ ਸੀਗਾ
ਤੇ ਉਸ ਤੋਂ ਵੀ ਫਿਲਮਾਂ ਪੰਜਾਬੀ ਆਉਂਦੀਆਂ ਰਹੀਆਂ ਜਿਨ੍ਹਾਂ ਵਿੱਚ ਜੋਗਰਾਜ ਜੀ ਗੁੱਗੂ ਗਿੱਲ ਜੀ ਸਾਡੇ ਮਿੱਤਰ ਨੇ ਬਹੁਤ ਉਹਨਾਂ ਦੀਆਂ ਫਿਲਮਾਂ ਆਈਆਂ ਫਿਰ ਉਹਨਾਂ ਦੇ ਜਿਹੜਾ ਲਲਕਾਰਿਆਂ ਵਾਲੀਆਂ ਫਿਲਮਾਂ ਆਉਣ ਲੱਗੀਆਂ ਫਿਰ ਉਹਨਾਂ ਨੇ ਆਪਣਾ ਸਟਾਈਲ ਵਰਤਿਆ ਉਹ ਅਲੱਗ ਸਟਾਈਲ ਸੀ ਪਰ ਅੱਜ ਕੱਲ੍ਹ ਜਿਹੜਾ ਸਟਾਈਲ ਉਹ ਬਦਲ ਗਿਆ ਪਹਿਲਾਂ ਉਹਨਾਂ ਦਾ ਜਿਹੜਾ ਸਟਾਈਲ ਹੁੰਦਾ ਸੀ ਉਹ ਵੀ ਲੱਗਦਾ ਏਦਾਂ ਹੀ ਹੁੰਦਾ ਸੀਗਾ ਵੀ ਜੇ ਪਿਆਰ ਦਾ ਮਜ਼ਾ ਚੱਖਣ ਆਈ ਨਾ ਮੁਟਿਆਰੇ ਤਾਂ ਜੱਟ ਦੀ ਹਿੱਕ ਵਿੱਚ ਵੱਜ ਹਿੱਕ ਵਿੱਚ ਏਦਾਂ ਦਾ ਸਟਾਈਲ ਬਿਲਕੁਲ ਸਟਾਈਲ ਸੀ ਸੋ ਤੁਸੀਂ ਜਿਹੜਾ ਹੁਣ ਐਕਟਿੰਗ ਵਿੱਚ ਵੀ ਹੁਣ ਆਉਣ ਲੱਗੇ ਆ ਹਾਂਜੀ ਗਾਣੇ ਵੀ ਤੁਹਾਡੇ ਆ ਹੁਣ ਤੁਹਾਡੇ ਕੋਲ ਫਿਊਚਰ ਕੋਈ ਗਾਣਾ ਜਿਹੜਾ ਅਸੀਂ ਦੇਖੀਏ ਕਿ ਹਾਂ ਜੀ ਹੁਣ ਆ ਨਿਕਲਣ ਲੱਗਾ ਜੇ ਕਿਹੜਾ ਹਾਂਜੀ ਇੱਕ ਮੈਂ ਤੁਹਾਤੋਂ ਸੁਣਨਾ ਚੋਰੀ ਚੋਰੀ ਤਾਂ ਮੈਂ ਜ਼ਰੂਰ ਸੁਣਨਾ ਕਿਉਂਕਿ ਮੈਂ ਉਸ ਗਾਣੇ ਦਾ ਬਹੁਤ ਬੜਾ ਫੈਨ ਹਾਂ ਹਾਂਜੀ ਹਾਂਜੀ ਤੇ ਉਹ ਵੀ ਗਾਣਾ ਬਹੁਤ ਵਧੀਆ ਤੇ ਤੁਸੀਂ ਕਿਉਂਕਿ ਉਸ ਗਾਣੇ ਨਾਲ ਜਿਸ ਤਰ੍ਹਾਂ ਮੇਰਾ ਖਿਆਲ ਅਕਸ਼ੇ ਹੋਣਾ ਨੇ ਉਸ ਵੇਲੇ ਹੀ ਦੇਖਿਆ ਕਿ ਯਾਰ ਹੁਣ ਮੇਰੀ ਆਵਾਜ਼ ਨੂੰ ਕਿਹੀ ਬੰਦਾ ਸੂਟ ਕਰੇ ਚਲੋ ਵੀ ਆਪਾਂ ਉਹੀ ਤੁਹਾਨੂੰ ਪਹਿਲਾਂ ਉਹੀ ਸੁਣਾ ਰਹੇ 127 ਸੁਣਾਉਣੇ ਤੁਹਾਨੂੰ ਚੋਰੀ 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 ਦਿਲ ਲੈ ਗਈ ਹਾਇਓ ਰੱਬਾ ਲੈ ਗਈ ਚੋਰੀ 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 ਦਿਲ ਲੈ ਗਈ ਹਾਇਓ ਰੱਬਾ ਲੈ ਗਈ ਦਿਲ ਮੇ ਵਸਾ ਕੇ ਮੈਨੂੰ ਆਪਣਾ ਬਣਾ ਕੇ ਦਿਲ ਮੇ ਵਸਾ ਕੇ ਮੈਨੂੰ ਆਪਣਾ ਬਣਾ ਕੇ ਕੁੜੀ ਸੁਪਨਾ ਦਿਖਾ ਕੇ ਦਿਲ ਲੈ ਗਈ ਚੋਰੀ 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 ਦਿਲ ਲੈ ਗਈ ਚੋਰੀ 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 ਦਿਲ ਲੈ ਗਈ ਚੋਰੀ 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 ਦਿਲ ਲੈ ਗਈ ਹਾਇਓ ਰੱਬਾ ਲੈ ਗਈ ਚੋਰੀ 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 ਦਿਲ ਲੈ ਗਈ ਹਾਇਓ ਰੱਬਾ ਲੈ ਗਈ ਦਿਲ ਮੇ ਵਸਾ ਕੇ ਮੈਨੂੰ ਆਪਣਾ ਬਣਾ ਕੇ ਦਿਲ ਮੇ ਵਸਾ ਕੇ ਮੈਨੂੰ ਆਪਣਾ ਬਣਾ ਕੇ ਕੁੜੀ ਸੁਪਨਾ ਦਿਖਾ ਕੇ ਦਿਲ ਲੈ ਗਈ ਚੋਰੀ 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 ਦਿਲ ਲੈ ਗਈ ਚੋਰੀ 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 ਦਿਲ ਲੈ ਗਈ ਅਕਸ਼ੇ ਜੀ ਨੂੰ ਪਤਾ ਨੀ ਕੀ ਲੱਗਾ ਅਕਸ਼ੇ ਕੁਮਾਰ ਨੂੰ ਇਹ ਲੱਗਾ ਕਿ ਇਹੀ ਆਵਾਜ਼ ਮੈਨੂੰ ਸੂਟ ਬੈਠੂਗੀ ਇਹ ਗੱਲ ਹੈ ਤਾਂ ਸੱਚੀ ਵੈਸੇ ਸੱਚੀ ਆ ਗੱਲ ਮੈਨੂੰ ਜਿਹਨਾਂ ਨੇ ਜਿਹੜੇ ਆਡੀਸ਼ਨ ਦੇ ਕਿਹਾ ਮੈਨੂੰ ਖੁਦ ਦੱਸ ਦਿਓ ਹਾਂਜੀ ਮੇਰੇ ਤੋਂ ਪਹਿਲਾਂ 6 ਕਲਾਕਾਰਾਂ ਨੇ ਗਾਇਆ ਸੀ ਜਿਨ੍ਹਾਂ ਦੇ ਨਾਂ ਤਾਂ ਮੈਂ ਲੈਣੇ ਨਹੀਂਗੇ ਹਾਂਜੀ ਨਾ ਪਰ 6 ਆਰਟਿਸਟਾਂ ਨੇ ਸਾਰੇ ਕਲਾਕਾਰ ਬਹੁਤ ਅੱਛੇ ਗਾਉਂਦੇ ਬਿਲਕੁਲ ਬਿਲਕੁਲ ਆਪਣੀ ਜਗ੍ਹਾ ਸਭ ਸਹੀ ਹੁੰਦੇ ਆ ਬਹੁਤ ਵਧੀਆ ਸੋ ਇਹਦੇ 'ਚ ਮੈਂ ਕਹੂੰਗਾ ਕਿ ਡਾਇਰੈਕਸ਼ਨ ਜਿਹੜਾ ਕਰਦਾ ਬੰਦਾ ਡਾਇਰੈਕਟਰ ਦੀ ਜਾਂ ਐਕਟਿੰਗ ਜਿਹੜਾ ਕਰਦਾ ਉਹਦੀ ਮਰਜ਼ੀ ਹੁੰਦੀ ਹੈ ਦੂਜੀ ਗੱਲ ਅੱਜ ਕੱਲ੍ਹ ਜਿਹੜੇ ਐਕਟਰ ਨੇ ਉਹ ਗਾਣਿਆਂ ਦੇ ਵਿੱਚ ਇੰਟਰਫੇਅਰ ਕਰਨ ਲੱਗ ਗਏ ਪਹਿਲਾਂ ਨਹੀਂ ਸੀ ਕਰਦੇ ਪਹਿਲਾਂ ਨਹੀਂ ਕਰਦੇ ਪਹਿਲਾਂ ਹੁੰਦੇ ਸੀ ਵੀ ਘਰ ਰਹਿੰਦੇ ਸੀ ਡਾਇਰੈਕਟਰ ਨੇ ਲਿਜਾ ਕੇ ਕਹਿਣਾ ਵੀ ਆ ਜਾਓ ਦੱਸਣਾ ਕਿ ਤੇਰਾ ਗਾਣਾ ਆਇਆ ਉਹਨੇ ਆਪਣਾ ਜਾ ਕੇ ਕਰ ਦੇਣਾ ਅੱਜ ਕੱਲ ਉਹ ਕਿਉਂਕਿ ਗਾਣੇ ਬਹੁਤ ਚੱਲਣ ਲੱਗ ਗਏ ਹਾਂ ਅੱਧੇ ਤਾਂ ਡਾਇਰੈਕਟਰ ਨੂੰ ਹੀ ਪੇਸ਼ ਆਣ ਦਿੰਦੇ ਉਹ ਫਿਲਮ ਹੀ ਡਾਇਰੈਕਟ ਕਰ ਲੱਗ ਗਏ ਕਿਉਂਕਿ ਅੱਜ ਕੱਲ ਬਹੁਤ ਜ਼ਿਆਦਾ ਜਿਹੜਾ 뮤직 ਸਾਡਾ ਹਾਈਲਾਈਟ ਹੋ ਚੁੱਕਿਆ ਹੈ 뮤직 ਦੇ ਸਿਰ ਤੇ ਵੀ ਫਿਲਮ ਚੱਲਦੀ ਹੈ ਬਹੁਤ ਜ਼ਿਆਦਾ ਮੈਂ ਕਹਿੰਦਾ ਜੀ ਸਾਊਂਡਟ੍ਰੈਕ ਬਹੁਤ ਬਿਕਦੀ ਪੰਜਾਬੀ ਫਿਰ ਹੁਣ ਇਸ ਕਰਕੇ ਜਿਹੜੇ ਉਹ ਡਾਇਰੈਕਟਰ ਨੇ ਉਹ ਫਿਰ ਬਕਾਇਦਾ ਐਕਟਰ ਨੂੰ ਬਕਾਇਦਾ ਸਾਡੇ ਸਟੂਡੀਓ 'ਚ ਹਰੇਕ 'ਚ ਬੁਲਾਉਂਦੇ ਆ ਵੀ ਭਾਈ ਅੱਜ ਲਾਓ ਗਾਣਾ ਗਾ ਰਿਹਾ ਆ ਕੇ ਸੁਣ ਲਓ ਜੇ ਕੁਛ ਮਾੜਾ ਮੋਟਾ ਤੁਸੀਂ ਤੁਹਾਨੂੰ ਲੱਗਦਾ ਦੱਸੋ ਇੱਦਾਂ ਫਿਰ ਆਉਂਦੇ ਆ ਜਿੱਦਾਂ ਗੋਬਿੰਦਾ ਜੀ ਅਕਸ਼ੇ ਜੀ ਸਲਮਾਨ ਸਾਰੇ ਇਹ ਉਦਾਂ ਉੱਥੇ ਸਾਰੇ ਪਹੁੰਚਦੇ ਆ ਜਦੋਂ ਤੁਸੀਂ ਸੋਹਣੀ ਦੇ ਖਰੀਦੀ ਕੀਤੀ ਸੀ ਉੱਥੇ ਪਹੁੰਚੇ ਸੀ ਸਲਮਾਨ ਤੇ ਗੋਬਿੰਦਾ ਜੀ ਉਹਨਾਂ ਦਾ ਹਾਂਜੀ ਸਾਰੇ ਆਏ ਸੀ ਉਹਨਾਂ ਦਾ ਜਿੱਦਾਂ ਉਹਨਾਂ ਦੇ ਡਾਇਰੈਕਟਰ ਸਾਹਿਬ ਵੀ ਆਏ ਸੀਗੇ ਸਾਰਾ ਕੁਛ ਉਹਨਾਂ ਨੇ ਆਪ ਬੈਠ ਕੇ ਸੁਣਿਆ ਦੇਖਿਆ ਸੋ ਗਾਣਾ ਨੂੰ ਚੰਗਾ ਲੱਗਿਆ ਇੱਦਾਂ ਬਹੁਤ ਵਧੀਆ ਪਸੰਦ ਆਇਆ ਹੋਰ ਕੋਈ ਅੱਗੇ ਹੁਣ ਗਾਹਾਂ ਫਿਲਮਾਂ 'ਚੋਂ ਤੇ ਮੇਰਾ ਖਿਆਲ ਸਲਮਾਨ ਖਾਨ ਦੀ ਫਿਲਮ ਸਲਮਾਨ ਖਾਨ ਦੀ ਫਿਲਮ ਅਸੀਂ ਕਰ ਰਹੇ ਹਾਂ ਮੁਝੇ ਲਵ ਹੂਆ ਉਸ ਤੋਂ ਬਾਅਦ ਅਕਸ਼ੇ ਦੀ ਫਿਲਮ ਆ ਰਹੀ ਹੈ ਉਹਦੇ 'ਚ ਮੈਂ ਗਾਣਾ ਗਾਇਆ ਨਹੀਂ ਉਹ ਲੱਗਦਾ ਬਿਨ ਸੱਜਣਾ ਦੇ ਦਿਲ ਸੜਾ ਨਹੀਂ ਲੱਗਦਾ ਪ੍ਰੀਤਮ ਦਾ ਮਿਊਜ਼ਿਕ ਹੈ ਹਾਂਜੀ ਔਰ ਗੋਬਿੰਦਾ ਜੀ ਦੀ ਆ ਰਹੀ ਹੈ ਸ਼ੋਮੈਨ ਔਰ ਇੱਕ ਜਸ਼ਰਾਜ ਜੀ ਦੀ ਫਿਲਮ ਹੁਣੇ ਆ ਰਹੀ ਹੈ ਹੋਰ ਕਾਫੀ ਫਿਲਮਾਂ ਮੇਰੀ ਆ ਰਹੀ ਜਿੱਦਾਂ 65 ਟਰੈਕ ਮੇਰੇ ਹੋ ਗਏ ਨੇ ਪੂਰੇ 65 ਫਿਲਮਾਂ ਮੈਂ ਗਾ ਚੁੱਕਿਆ ਹਾਂ ਜਿਨ੍ਹਾਂ ਵਿੱਚ ਕੁਛ ਗਾਣਿਆਂ ਦਾ ਮੈਂ ਮਿਊਜ਼ਿਕ ਵੀ ਕਰ ਰਿਹਾ ਆਪ ਵੀ ਮੈਂ ਲਿਖਿਆ ਕੁਛ ਤਾਂ ਲਿਖੇ ਵੀ ਤੁਸੀਂ ਆਪ ਕਿ ਮੇਰਾ ਖਿਆਲ ਬੰਬੇ ਵਾਲਿਆਂ ਨੂੰ ਫਿਰ ਉਹ ਪੰਜਾਬੀ ਤੁੱਕ ਨਹੀਂ ਆਉਂਦੇ ਹਾਂਜੀ ਤੇ ਉਹ ਕਹਿੰਦੇ ਹੁਣ ਭਰਾਵਾ ਤੂੰ ਹੀ ਲਿਖਦੇ ਹੋ ਹਾਂਜੀ ਮੈਂ ਗਾਣਾ ਸੁਣਾਉਂਗਾ ਉਦੋਂ ਪਹਿਲਾਂ ਮੈਂ ਤੁਹਾਨੂੰ ਦੱਸੂੰਗਾ ਕਿ ਹੁਣ ਮੇਰੀ ਲੇਟੈਸਟ ਜਿਹੜੀ ਹੈਗੀ ਹੈ ਉਹ ਇੱਕ ਅਸੀਂ ਐਲਬਮ ਰਿਲੀਜ਼ ਜਿਹੜੀ ਕਰ ਰਹੇ ਹਾਂ E3 UK ਗੁਰਪ੍ਰੀਤ ਜੀ ਮਨਦੀਪ ਮਨੂ ਜੀ ਵਰਿੰਦਰ ਜੀ ਅਤੇ ਪਿੰਦਾ ਜੱਟ ਇਹਨਾਂ ਨੇ ਕੰਪਨੀ ਬਹੁਤ ਅੱਛੀ ਖੋਲੀ ਹੈ ਸੋ ਇਹਦੇ ਵਿੱਚ ਮੈਂ ਕਹਿਣਾ ਚਾਹੂੰਗਾ ਕਿ ਮੇਰੇ ਵੱਲੋਂ ਇੱਕ ਸਤਿਕਾਰ ਅਤੇ ਪਿਆਰ ਹੈ ਕਿਉਂਕਿ ਸਾਡੇ ਸਤਿਕਾਰਯੋਗ ਵੱਡੇ ਭਾਈ ਸਾਹਿਬ ਸਾਡੇ ਅਵਤਾਰ ਸਿੰਘ ਜੀ ਔਰ ਮੇਰੀ ਭੈਣ ਗੁਰਸ਼ਰਨ ਕੌਰ ਆਹ ਦੇਖੋ ਮੇਰੇ ਰੱਖੜੀਆਂ ਬੰਨੀਆਂ ਇਹਨਾਂ ਨੇ ਇੱਥੇ ਇੰਗਲੈਂਡ ਦੇ ਵਿੱਚ ਗੁਰਪ੍ਰੀਤ ਦੇ ਮੰਮੀ ਨੇ ਉਹਨਾਂ ਦਾ ਮੈਨੂੰ ਇੱਕ ਘਰ ਨਾਲੋਂ ਵੱਧ ਕੇ ਇੱਕ ਮੈਨੂੰ ਇੱਥੇ ਜਾਣੀ ਜਿਹੜਾ ਮਿਲਿਆ ਪਿਆਰ ਮਿਲਿਆ ਮੈਨੂੰ ਲੱਗਦਾ ਨਹੀਂ ਵੀ ਮੈਂ ਕਿਸੇ ਦੇ ਘਰ ਇੱਥੇ ਆਉਣਾ ਮੈਨੂੰ ਇੱਦਾਂ ਲੱਗਦਾ ਮੇਰੇ ਜਿੱਦਾਂ ਅੱਧ ਤੋਂ ਵੱਧ ਕੱਪੜੇ ਇੱਥੇ ਪਏ ਹੁੰਦੇ ਆ ਹਮੇਸ਼ਾ
मैं इदा नहीं भी मैं अटैची नाल लग जाना मेरे इतने कपड़े पै जाते मैं जद मर जाके पाव और बच्चे ने सारे मैं बहुत प्यार करते हैं और सारे का भैन उन्हों का मैं बहुत आशीर्वाद है। सो मैं तुम गाना एक सुना मेरी रह गया तो चक दो गाने सुना तुम कुछ साथी जहाँ छूट जाते हैं दिल तो टूटने की चीज बस टूट जाते हैं दिल तो टूटने की चीज बस टूट जाते हैं कोई कहे ये तो मेरा पहला पहला प्यार है कोई कहे अभी अभी हुआ इकरार है बन के प्यार के लुटेरे बन के प्यार के लुटेरे सब लूट जाते हैं दिल तो टूटने की चीज बस टूट जाते हैं दिल तो टूटने की चीज बस मेरा लिखा गीत है जी और मुझे लव हुआ सलमान दी मूवी चाह रहा है सो होर एक लाइन होर भी सुना सकता इसका गाना एक होर है इस मूवी का कोई ढोलक नहीं बजनी वो भी मैं लिखा जी प्यार में क्या मिला चल रहा सिलसिला दूरियां मजबूर बस गिला ही गिला बस गिला ही गिला प्यार में क्या मिला कभी अपने हुए कभी तोड़ गए कभी गले से मिले है कभी छोड़ गए कभी अपने हुए कभी तोड़ गए कभी गले से मिले है कभी छोड़ गए प्यार में क्या मिला चल रहा सिलसिला बस गिला ही गिला बस गिला ही गिला लाभ जी कोई अखीला संदेश पहले तो मैं पूछूंगा तुसी इत्थे इंग्लैंड व्याह व्यू दे भी प्रोग्राम करते हैं हाँ जी मैं सारे प्रोग्राम करता हर तरह ते जे थाना संपर्क करना होवे किसी ने तो मेरा ख्याल E3 UK वाले ना संपर्क E3 UK नु फोन करो ब्याह ले प्रोग्राम ओना दी वेबसाइट इंटरनेट पे डिटेल कर लो मैं तो नंबर ले लियो तुसी E3 UK वाले किसी तरह दा प्रोग्राम होवे ते नोपर कोई अखीला संदेश साडे दर्शकां नु अंगी अखीला संदेश ही है जी मैं कहूंगा भी चंगे गीत सुनो चंगे गीत गाओ ते जेड़ा अजकल एक ट्रेंड चल रहा है कि जिदे कोल पैसा हैगा पैसा ला के रिकॉर्डिंग करा लो गाना आउंदा चाहे नहीं आउंदा जिदा तकलक लक दी तबलक लक जी एदा गाई जांदे सारे आपां सुनी जांदे आ ओ रोंग आ तुसीं अपने पैसे भी वेस्ट कर रहे हो अपने मां-बाप दी मनी नूं खराब कर रहे हो अगर गाना नहीं आउंदा तां ना गाओ किसे होर फील्ड दे विच जाओ अगर गाना आउंदा है तां गाओ कोई सिखो उस्ताद तों सिख्या लो बिल्कुल सिख्या लो जी ते बाकी जिन्हां ने कपड़े सोना घट पाओ ते चैनिया चुनिया ला लिया करो जदों तुसीं इन्हां दे लेवल ते पहुंच जाओ फिर बिसक पा लिओ पर फिलहाल तो तुसी सिखियो कुछ एंड लर्न एंड स्ट्रगल इज द वे फॉरवर्ड बाकी इमिग्रेशन बारे किसी ने गल करनी होदा भाजी ने गल हां जी हां जी बाकी जे गाना गाना सीखना होवे तो इधर गल करो लाभ जी बहुत बहुत थैंक यू तुसी भाई मेहरबानी जी सारा मेरे वालों सत श्री अकाल प्यार भरी हां जी ते सारेयां नु मेरे वालों भी सत श्री अकाल मैं मिलूंगा थानू फ्राइडे 7 बजे लाभ जी दा बहुत बहुत धन्यवाद मिलन दा जे किसी ने इन्हां दा नंबर भी लेना मैनू फोन कर लो या टैक्स कर लो तो मैं थोड़ा नंबर दे दूंगा E3 UK दा तुसीं सर्च कर सकते हैं इंटरनेट से और वो कंपनी का इत्थे दे जमपाल मुंडे उन्होंने बहुत बहुत बधाइया दे दवा आ बरिंदर जिहड़ा ढोलकी भी आउंदा सी इत्थे दा जमपाल मुंडा देखो लै
एंड आप ही सीखा देख ला स्पेयर टाइम इन द बेडरूम तो माँ पे तंग बहुत किया हूँ गाला बहुत कट दे होने पर सूनियन मुझे टीवी आ गया फटे चकी जाता गुरप्रीत का भी बहुत बहुत धन्यवाद करते लाभ जी बहुत बहुत थैंक यू एंड गाहां भी तुम अगे हो तो टाइम जरूर कटो मैं मेन मित्र यार मिला दे मेरे प्लीज प्लीज हाँ काम हो जाए साढ़े दर्शन ही रह जाए बच्चे ही चलो थैंक यू वेरी मच एंड आई विल सी यू ऑन कल मैं बर्मिंघम है वेंसडे भी मैं बर्मिंघम है मैं थोड़ा मिलूंगा फ्राइडे थर्सडे मैं इलफोर्ड आ रहा स्पेशली थर्सडे ईवनिंग मैं इलफोर्ड में होना ईस्ट टाइम में और चार पाँच घंटे थानू मैं मिलूंगा उसे जिन भी मिलना उसे मिल लियो मैं थानू मिलूंगा फ्राइडे 7 o'clock मिलते हैं ऑन फ्राइडे सारे सत श्री अकाल।